ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਕਿਸਾਨ ਗੰਨੇ ਦੀ ਖੇਤੀ ਤੇ ਨਾਲ ਪੋਪੂਲਰ ਵਿੱਚ ਲਾਏ ਹੋਏ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਦੈਨਿਕ ਸਵੇਰਾ ਤੇ ਸਵਾਗਤ ਆ ਭਾਜੀ, ਕੀ ਨਾਮ ਜੀ? ਚਰਨਜੀਤ ਸਿੰਘ ਜੀ। ਤੁਸੀਂ ਇਹ ਦੱਸੋ ਕਿ ਜਿਹੜਾ ਇਹਦਾ ਫਾਇਦਾ ਕੀ ਆ ਜਿਹੜਾ ਗੰਨਾ ਤੇ ਪੋਪੂਲਰ ਲਾ ਰਹੇ? ਸਤਿੰਦਰ ਔਰ ਸਤਿੰਦਰ ਵਟਸਐਪ। ਇਹਦਾ ਫਾਇਦਾ ਜੀ ਆ ਵੀ ਇੱਕ ਤਾਂ ਪਾਣੀ ਦਾ ਬਚਾਅ ਆ ਤੇ ਦੂਜਾ ਆ ਵੀ ਇਹ ਫਸਲ ਜਿਹੜੀ ਪੋਪੂਲਰ ਆ ਬਹੁਤ ਫਾਇਦੇਮੰਦ ਜ਼ਿਮੀਦਾਰ ਦੇ ਹੱਕ 'ਚ। ਜਿੱਦਾਂ ਹੁਣ ਇਹ ਪੂਰੀ ਗੰਨਾ ਵੀ ਪੂਰਾ 2 ਸਾਲ ਹੋ ਜਾਣਾ ਤੇ 4 ਸਾਲ 'ਚ ਬੂਟੇ ਤਿਆਰ ਆ। ਉਹ ਤੋਂ ਅਗਲੇ ਸਾਲ ਅਸੀਂ ਹਲਦੀ ਵੀ ਲਾ ਸਕਦੇ ਹਾਂ, ਅਸੀਂ ਕਣਕ ਵੀ ਲਾ ਸਕਦੇ ਹਾਂ। 4 ਸਾਲ 'ਚ ਸਾਡਾ ਬੂਟਾ ਤਿਆਰ ਆ, ਜਿਹਦੀ ਐਵਰੇਜ ਤਕਰੀਬਨ 9 ਲੱਖ ਪ੍ਰਤੀ ਏਕੜ ਅਸੀਂ ਕੱਢੀ ਹੈ ਜੀ। ਸੋ ਦੇਖ ਸਕਦੇ ਹੋ ਕਿ ਜੇ 4 ਸਾਲ ਦੇ ਵਿੱਚ ਪੌਦਾ ਤਿਆਰ ਹੁੰਦਾ 2 ਲੱਖ ਰੁਪਈਆ ਪਰ ਸਾਲ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਚੋਂ ਇਨਕਮ ਹੁੰਦੀ ਆ ਤੇ ਨਾਲ ਦੀ ਨਾਲ ਫਸਲਾਂ ਵੀ ਜਿਹੜੀਆਂ ਉਹ ਕੱਢੀਆਂ ਜਾ ਸਕਦੀਆਂ। ਤੇ ਇਹਦੇ ਨਾਲ ਇੱਕ ਵੇਖਿਆ ਜਿਹੜੇ ਆ ਉਹ ਦਰਖਤਾਂ ਨੂੰ ਕੱਟੀ ਜਾ ਰਹੇ ਆ ਜਿੱਥੇ ਨਾਲ ਦੀ ਨਾਲ ਇਹਦੇ ਨਾਲ ਆਕਸੀਜਨ ਵੀ ਮਿਲਦੀ ਆ ਅਤੇ ਵਾਤਾਵਰਨ ਵੀ ਸ਼ੁੱਧ ਰਹਿੰਦਾ ਵਾ। ਕੀ ਕਹਿਣਾ ਜੀ? ਜੀ ਦੇਖੋ ਜੀ, ਦਰਖਤ ਜਿੰਨਾ ਲੱਗ ਜਾਵੇ ਉਨਾ ਥੋੜਾ ਜੀ ਇਹਦਾ ਤਾਂ ਵਾਤਾਵਰਨ ਆਕਸੀਜਨ ਤਾਂ ਦਰਖਤ ਦੀ ਮਿਲਣੀ ਆ। ਤੇ ਅਸੀਂ ਤਾਂ ਬਹੁਤ, ਮੈਂ ਤਾਂ 35 ਤੋਂ 40 ਏਕੜ ਲਾਏ ਦਰਖਤ ਜੀ ਤੇ ਹਰ ਸਾਲ 10 ਏਕੜ ਦਰਖਤ ਮੈਂ ਲਾਉਣਾ ਜੀ ਤਕਰੀਬਨ ਹਰ ਸਾਲ। ਤੇ ਵਧੀਆ ਇਨਕਮ ਆ, ਕੋਈ ਇੱਦਾਂ ਦੀ ਗੱਲ ਨਹੀਂ, ਬਹੁਤ ਵਧੀਆ ਬੈਨੀਫਿਟ ਹੈ ਇਸ ਚੀਜ਼ ਦਾ। ਨਾਲੇ ਆਪਣਾ ਗੰਨਾ ਪੂਰਾ ਵਿੱਚ ਗੰਨੇ ਤੋਂ ਮਾਰੋ ਜੀ ਕਹਿੰਦਾ ਗੰਨਾ ਪੂਰਾ ਹੋ ਜਾਂਦਾ 2 ਸਾਲ ਤੇ ਬਾਕੀ ਆ ਵੀ ਫਸਲ ਵਧੀਆ ਸਾਨੂੰ ਫਾਇਦੇਮੰਦ ਜੀ ਤੁਹਾਨੂੰ ਫਾਇਦੇਮੰਦ। ਜੇ ਆਪਾਂ ਹਲਦੀ ਜਾਂ ਹੋਰ 2 ਸਾਲ ਤੋਂ ਬਾਅਦ ਜਿਹੜੀ ਲਾਉਂਦੇ ਹਾਂ ਉਹਦੀ ਕਿੰਨੀ ਕੁ ਇਨਕਮ ਹੋ ਜਾਂਦੀ ਹੈ? ਹਲਦੀ ਦੀ ਇਨਕਮ ਜੀ ਦੇਖੋ ਜੀ ਉਹ ਤਾਂ ਤੁਹਾਡੇ ਸੇਵਾ ਤੇ ਡਿਪੈਂਡ ਕਰਦਾ ਜੀ ਜਿੰਨੀ ਕੁ ਤੁਸੀਂ ਮਿਹਨਤ ਕਰ ਸਕਦੇ ਹੋ। ਹਲਦੀ ਦੀ 50-50 ਹਜ਼ਾਰ ਏਕੜ ਵੀ ਨਿਕਲ ਜਾਂਦੀ ਹੈ। ਹੁਣ ਕਣਕ ਸਾਡੀ 16-17 ਬੋਰੀਆਂ ਹਰ ਸਾਲ ਪਾਪਲਾਂ ਦੇ ਵਿੱਚੋਂ ਕਣਕ ਹੋ ਜਾਂਦੀ ਹੈ। 3ਜੇ ਸਾਲ 2 ਸਾਲ ਤੋਂ ਕਹਿੰਦਾ ਹੋਏਗਾ 3ਜੇ ਸਾਲ ਸਾਡੀ ਪਾਪਲਰ ਕਣਕ ਹੋ ਜਾਂਦੀ ਵਧੀਆ 16-17 ਬੋਰੀਆਂ ਕਣਕ ਦੀਆਂ ਪ੍ਰਤੀ ਏਕੜ। ਇੱਕ ਤਰੀਕੇ ਨਾਲ ਮੰਨਿਆ ਜਾਵੇ ਤੇ ਡਬਲ ਕਮਾਈ ਹੈ। ਹਾਂਜੀ ਇਹ ਤਾਂ ਕਮਾਈ ਡਬਲ ਹੈ ਜੀ, ਕਮਾਈ ਡਬਲ। ਨਾਲੇ ਦਰਖਤ ਲੱਗਾ ਜੀ, ਵਾਤਾਵਰਨ ਵਧੀਆ, ਆਕਸੀਜਨ ਮਿਲਦੀ ਆ ਤੇ ਨਾਲੇ ਆ ਵੀ ਇਨਕਮ ਵੀ ਸਾਨੂੰ ਵਧੀਆ ਆ, ਇਕੱਠੇ ਪੈਸੇ ਆਉਣੇ ਬਜਵੇਂ। ਤੇ ਕਣਕ ਝੋਨੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਖਰਚੇ ਬਹੁਤ ਆ। ਹੁਣ 4500 ਤਾਂ ਜਿਮੀ ਦਾ ਬਈਏ ਲੈਂਡ ਲਵਾਈ, ਬਿਜਲੀ ਤੁਹਾਨੂੰ ਪਤਾ ਵੀ ਹੁਣ ਘੱਟ ਉਹ ਕਰਤੀ ਆ, ਬਿਜਲੀ ਦਾ ਤੁਹਾਨੂੰ ਘੱਟ ਕਰਤੀ। ਬਾਕੀ ਆ ਵੀ ਝੋਨੇ 'ਚ ਪਾਣੀ ਦੀ ਖਪਤ ਵੱਧਦਾ ਤੇ ਖੱਜਲ ਖੁਆਰੀ ਵੱਧਦਾ। ਇਹ ਇੱਕ ਵਾਰੀ ਲਾਤਾ, ਹੁਣ ਇਹਨੂੰ ਸਾਲ ਬਾਅਦ ਹੀ ਦੇਖਣ ਦੀ ਲੋੜ ਆ। ਸੋ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ, ਧਰਤੀ ਹੇਠਲਾ ਪਾਣੀ ਜਿਹੜਾ ਵਾ ਉਹ ਥੱਲੇ ਤੁਰਿਆ ਜਾ ਰਿਹਾ ਵਾ, ਦਿਨ ਦਿਨ ਉਹਦਾ ਜਿਹੜਾ ਵਾਟਰ ਲੈਵਲ ਆ ਉਹ ਡਾਊਨ ਜਾ ਰਿਹਾ। ਸੋ ਅਜਿਹੇ ਕਿਸਾਨਾਂ ਦਾ ਕਰਕੇ ਆਪਾਂ ਵੇਖ ਸਕਦੇ ਹਾਂ ਕਿ ਧਰਤੀ ਹੇਠਲਾ ਨਾਲ ਦੀ ਨਾਲ ਪਾਣੀ ਵੀ ਬਚਾਇਆ ਜਾ ਸਕਦਾ ਔਰ ਨਾਲ ਹੀ ਗੱਲ ਕੀਤੀ ਜਾਵੇ ਤੇ ਫਸਲ ਵੀ ਮਿਹਨਤੀ ਦੇ ਨਾਲ ਡਬਲ ਫਸਲ ਜਿਹੜੀ ਆ ਉਹ ਵੀ ਪੈਦਾ ਕੀਤੀ ਜਾ ਸਕਦੀ ਆ। ਕਿਉਂਕਿ ਜਿਹੜਾ ਪੋਪੂਲਰ ਆ 5 ਸਾਲ ਤੋਂ ਬਾਅਦ ਪੂਰਾ ਬੂਟਾ ਤਿਆਰ ਹੋ ਜਾਂਦਾ ਤੇ 9 ਲੱਖ ਰੁਪਏ ਦੀ ਕੋਸਟ ਜਿਹੜੀ ਆ ਉਹ ਲਗਭਗ ਪੋਪੂਲਰਾਂ ਦੀ ਜਿਹੜੀ ਹੁੰਦੀ ਆ। ਤੇ ਇਸ ਵੀਰ ਨੇ 40 ਕਿੱਲੇ ਜਿਹੜਾ ਉਹ ਪੋਪੂਲਰ ਲਗਾਇਆ ਹੋਇਆ ਵਾ। ਦੂਸਰੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਉਹ ਕੰਮ ਕਰੋ ਜਿਹਦੇ ਵਿੱਚ ਆਪਣਾ ਦੇਸ਼ ਦਾ ਵੀ ਵਧੀਆ ਰਹੇ, ਪੰਜਾਬ ਵੀ ਬਚਿਆ ਰਹੇ ਤੇ ਸਾਨੂੰ ਵਾਤਾਵਰਨ ਦਰਖਤ ਦਾ ਬਣ ਮਿਲੇ, ਵਾਤਾਵਰਨ ਮਿਲੇ ਸਾਨੂੰ, ਵਧੀਆ ਆਕਸੀਜਨ ਮਿਲੇ। ਵੀ ਇਹ ਦਰਖਤ ਲਾਉਣ ਦੇ ਵਿੱਚ ਬਹੁਤ ਬੈਨੀਫਿਟ ਆ। ਮੈਂ ਇਹ ਸਲਾਹ ਦਊਂਗਾ ਵੀ ਦਰਖਤ ਲਗਾਓ, ਵੱਧ ਤੋਂ ਵੱਧ ਪੋਪੂਲਰ ਲਗਾਓ, ਸਫੈਦਾ ਲਗਾਓ, ਸਮਝੇ ਕੋਈ ਵੀ ਚੀਜ਼ ਦਰਖਤ ਲਗਾਓ ਵੀ ਜਿਹਦੇ ਵਿੱਚ ਜ਼ਿਮੀਦਾਰ ਨੂੰ ਵਧੀਆ ਹੋਵੇ ਇਨਕਮ। ਹੁਣ ਜਿਸ ਤਰ੍ਹਾਂ ਬਾਰਿਸ਼ਾਂ ਬਹੁਤ ਘੱਟ ਗਈਆਂ ਵਾ, ਜਿੱਥੇ ਜੰਗਲ ਹੋਵੇ ਉੱਥੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ, ਉੱਥੇ ਜੰਗਲ ਹੋਵੇ ਤਾਂ ਬਾਰਿਸ਼ਾਂ ਜ਼ਿਆਦਾ ਹੋਣੀਆਂ ਹੋਣੀਆਂ। ਜਦੋਂ ਵਾਤਾਵਰਨ ਆਪਾਂ ਨੂੰ ਆਕਸੀਜਨ ਮਿਲਦੀ ਤਾਂ ਬਾਰਿਸ਼ਾਂ ਵੀ ਉੱਥੇ ਹੀ ਹੋਣੀਆਂ।
ਕਟਾਈ ਵੱਧ ਆਉਣ ਦੇ ਲਾ ਕੇ ਕੋਈ ਕੁਛ ਨੀ, 5 ਸਾਲ ਵੇਟ ਕਰਨੀ ਤਾਂ ਬੜੀ ਔਖੀ ਹੈ ਜ਼ਿਮੀਦਾਰ ਵਾਸਤੇ, 5 ਸਾਲ ਵੇਟ ਕਰਨੀ ਬੜੀ ਔਖੀ। 2 ਸਾਲ ਤੋਂ ਸਾਡਾ ਲੱਖ ਲੱਖ ਰੁਪਏ ਦਾ ਸਾਡਾ ਗੰਨਾ ਹੋਣ ਡਿਆ, 2 ਸਾਲ ਸਾਡਾ ਗੰਨਾ ਹੋ ਜਾਣਾ ਪੂਰਾ। ਉਹ ਤੋਂ ਬਾਅਦ ਫਿਰ ਦੇਖ ਲਓ ਵੀ ਇਹਦੇ ਵਿੱਚ ਆਪਾਂ ਕਣਕ ਵੀ ਬੀਜਣੀ ਆ, ਕਣਕ ਦੇ ਵਿੱਚ 1 ਸਿਰਫ ਇਹਨੂੰ 6 ਮਹੀਨੇ 'ਚ 1 ਵਾਰੀ ਵਾਹੁਣਾ ਆ, ਬਸ ਹੋਰ ਕੁਛ ਨੀ ਕਰਨਾ, ਪਾਣੀ ਲਾਉਣਾ ਤਾਂ ਵਾਹੁਣਾ। ਜਿਸ ਤਰੀਕੇ ਦੇ ਨਾਲ ਹੁਣ ਸਰਕਾਰਾਂ ਤੇ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਬਹੁਤ ਜ਼ਿਆਦਾ ਜ਼ੋਰ ਦੇ ਰਹੀਆਂ ਕਿ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਨਿਕਲ ਕੇ ਕੁਝ ਆਧੁਨਿਕ ਤਰੀਕੇ ਦੀ ਕੋਈ ਜਿਹੜੀ ਆ ਖੇਤੀ ਕੀਤੀ ਜਾਵੇ, ਇਹਨਾਂ ਕਿਸਾਨਾਂ ਵੱਲੋਂ ਜਿਹੜੀ ਆ ਗੱਲ ਕੀਤੀ ਜਾਵੇ ਇੱਥੇ ਲਾਗੇ ਛਾਗੇ ਤੇ ਪੂਰੇ ਏਰੀਏ ਦੇ ਵਿੱਚ ਲਗਭਗ ਕਿੰਨਾ ਕੁ ਪਾਪੂਲਰ ਲੱਗਾ ਵਾ? ਤਕਰੀਬਨ ਸਾਡੇ ਏਰੀਏ ਦੇ ਵਿੱਚ ਇੱਥੇ ਜੀ ਕੋਈ 500 ਏਕੜ ਦਰਖਤ ਲੱਗਾ ਐਤਕੀ। ਪਿਛਲੇ ਸਾਲ ਜਿਹੜਾ ਹੜ੍ਹ ਆਇਆ 2023 ਨਵੇਂ 10ਵੇਂ ਮਹੀਨੇ, ਉਹਦੇ ਨਾਲ ਫਸਲਾਂ ਸਾਰਾ ਸਾਡਾ ਏਰੀਆ ਖਤਮ ਹੋ ਗਿਆ, ਪਰ ਹੁਣ ਇਹ ਆ ਵੀ ਪਾਪੂਲਰ ਨਾਲ ਕੋਈ ਹੜ੍ਹ ਦਾ ਕੋਈ ਨੁਕਸਾਨ ਨੀ, ਪਾਣੀ ਦਾ ਨੁਕਸਾਨ ਨੀ, ਇਸ ਕਰਕੇ ਅਸੀਂ ਦਰਖਤ ਜ਼ਿਆਦਾ ਲਾਉਣ ਡੇ ਹਾਂ। ਬਾਕੀ ਦਰਖਤ ਦੇ ਵਿੱਚ ਬੈਨੀਫਿਟ ਬਹੁਤ ਆ, 9 ਲੱਖ ਪ੍ਰਤੀ ਏਕੜ ਮੈਂ ਆਪਣੇ ਹੱਥੀਂ ਪੈਸੇ ਵੱਟੇ। ਸੋ ਅਜਿਹੇ ਕਿਸਾਨਾਂ ਨੂੰ ਗਾਂਹ ਵੱਧ ਕੇ ਤੇ ਕੋਈ ਵਿਲੱਖਣ ਖੇਤੀ ਜਿਹੜੀ ਆ ਉਹ ਕਰਨੀ ਚਾਹੀਦੀ ਆ, ਇਹਨਾਂ ਕਿਸਾਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ। ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ, ਬਟਾਲਾ, ਗੁਰਦਾਸਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।